अस्सलाम वालेकुम, की हाल चाल है जी। मैं हूं तुहाड़ा मेज़बान, तुहाड़ा मित्र, तुहाड़ा बेली सुहेल रियाज चौधरी, चमकीला टीवी दे एक नवी एपीसोड दे नाल एक बार फिर हाजिर। पहलां तां जनाब माजरत, बहुत सारे कॉमेंट आए थे, बहुत ज़्यादा इनबॉक्सिज आईयां कि भाएं तुसीं है कित्थे। खैर जी, कोई काम के सिलसिले दे विच थोड़ा जिहा मैं बिजी रहा, 2 महीने मैं आउट रहा अपने इस चैनल तो, लेकिन हल्की फुल्की मैं कितने कितने ना वो जी रील होंगी है वो मैं रील जी ना चढ़ा रहा, मैं कहता कि बोर ही ना हो जाए बिल्कुल। खैर कोई नहीं जी, मुड़ के असी आ गए हैं जी और कोशिश करूँगा कि रेगुलर लीए थोड़े नाल। तो वास्ते हूँ जी वाइफ जी एक फिल्म आई है जनाब, वो ट्रेलर एक कल भी फिल्म आ रही, वो ट्रेलर पावे। मैं कहता बैक टू बैक काम शुरू हो गया, तो रिव्यू करते हैं, देखते हैं जनाब के फिल्म कैसी। रोशन प्रिंस, करमजीत अनमोल, हरबी सांगा साढ़े नाल मौजूद ने, बाकी मामला देखते ने की हिसाब किताब है। घर वालियां ने भी लहू पीता होया, छुट्टी वाले दिन भी गधे वांगू लद दिंदियां ने। वीर बन के लफाफे जे फड़ ले यार, मैं बाथरूम जाके आना। आ वीरे मेरे गोडे ते टंग दे, होर तां कोई थां है नहीं। ओ मेरे बुढ़ापे दी लाठी आ फड़ ले यार, 2 मिंट। बुढ़ापे दी लाठी आ, कोई किल्ली नहीं भाई, जो मर्जी टंग लो। जदों तेरा ब्याह हो गया ना, फिर तेनूं आपे पता लग जू। हेलो, गोली मार दे पर आ गल ना कर। ਸਾਂਦਰ ਸਾਬਾ, ਇਹ ਸਾਸਨ ਨਾਲ ਸਾਹ ਰੋਕਣ ਦੀ ਪ੍ਰੈਕਟਿਸ ਹੁੰਦੀ ਹੈ, ਤਾਂ ਕਿ ਇੱਕੋ ਸਾਹ ਚ ਘਰ ਵਾਲੇ ਨੂੰ 10-12 ਕੰਮ ਗਿਣਾਏ ਜਾ ਸਕਣ। ਜਦੋਂ ਤੁਹਾਨੂੰ ਮੈਂ ਕਿਹਾ ਸੀ ਕਿ ਬ੍ਰੇਕਫਾਸਟ ਦੇ ਵਿੱਚ ਮੇਰੇ ਲਈ ਸੈਂਡਵਿਚ ਬਣਾਇਓ, ਆ ਪਰੌਂਠੇ ਕਿਉਂ ਬਣਾਏ? ਬਸ ਕਰ ਯਾਰ, ਕੁਛ ਤਾਂ ਰਹਿਮ ਕਰ ਲੈ ਯਾਰ ਮੇਰੇ ਤੇ। ਪੂਰੇ 2 ਘੰਟੇ ਹੋ ਗਏ ਬਿਨਾਂ ਰੋਕੇ ਨੱਚ ਰਿਹਾ। 5 ਮਿੰਟ ਨਹੀਂ ਮੇਰੀ ਖੁਸ਼ੀ ਲਈ ਨੱਚ ਸਕਦੇ ਸੀ। ਤੁਹਾਡੇ ਵਰਗੇ ਮਰਦ ਰੋਟੀ ਖਾਧੇ ਬਗੈਰ ਭਾਵੇਂ ਰਹਿ ਜਾਣ, ਪਰ ਵੇਲਣਾ ਖਾਧੇ ਬਗੈਰ ਨਹੀਂ ਰਹਿੰਦੇ। ਤੁਹਾਡਾ ਨਾਮ ਨੀ ਸਹੀ, ਇੱਕ ਦਾ ਦਲੇਰ, ਦੂਜੇ ਦਾ ਸ਼ਮਸ਼ੇਰ। ਨਾ ਤੁਹਾਡੇ ਚ ਕੋਈ ਦਲੇਰੀ ਦਿਖਦੀ ਆ, ਨਾ ਤੁਹਾਡੇ ਚ ਸ਼ਮਸ਼ੇਰੀ। ਤੁਸੀਂ ਹੈਗੇ ਆ ਮੁਰਗਾ ਛਾਪ ਪਟਾਕੇ, ਉਹ ਤੁਹਾਡੀਆਂ ਜਨਾਨੀਆਂ ਨੇ ਤੁਹਾਡੇ ਧਮਾਕੇ ਤੋਂ ਕੀ ਡਰਨਾ? ਉਹ ਤੁਹਾਨੂੰ ਤਾਂ ਜਵਾਕ ਵੀ ਹੱਥਾਂ 'ਚ ਫੜ ਕੇ ਚਲਾ ਦਿੰਦੇ ਆ। ਦੇਖੋ, ਤੁਹਾਨੂੰ ਚਾਹੀਦਾ ਇੱਕ ਐਟਮ ਬੰਬ ਜਿਹੜਾ ਇਸ ਘਰ ਵਿੱਚ ਨਾ ਬੰਬਾਲ ਮਚਾ ਦੇ। ਤੈਨੂੰ ਕੀ ਲੱਗਦਾ ਕਿ ਆਪਣੀ ਬੀਮਾ ਕੰਪਨੀ ਦੀ ਤਨਖਾਹ ਨਾਲ ਤੂੰ ਮੇਰੀ ਤਿਤਲੀ ਦੇ ਸ਼ੌਂਕ ਪੂਰੇ ਕਰ ਦੇਗਾ? ਤਿਤਲੀ ਤਾਂ ਕੀ, ਸਾਰੇ ਪਰਿਵਾਰ ਦੇ ਸ਼ੌਂਕ ਪੂਰੇ ਕਰ ਦੂੰ। ਓਕੇ, ਛੋਟੇ ਪੈ ਗਿਆ ਨਹੀਂ ਤਾਂ ਵਿਆਹ ਕਰ ਦੂ ਤੇਰਾ। ਇਸ ਘਰ ਚੋ ਜਨਾਨੀ ਰਾਜ ਖਤਮ ਕਰਕੇ ਮਰਦ ਰਾਜ ਲਿਆਉਣਾ। ਮਰਦ ਏਕਤਾ ਜਿੰਦਾਬਾਦ। ਸਾਰਾ ਦਿਨ ਨਚਾਉਣੀ ਰਹਿਣੀ ਆ, ਜਦੋਂ ਫੜ ਕੇ ਤੇਰੀ ਗੁੱਤਰੀ ਪਵਾਈ ਨਾ ਮੋਰਚਾਲ, ਤੂੰ ਤਾਂ ਪੰਮੀ ਬਾਈ ਵਾਂਗੂ ਛਿੱਛੀ ਆਚ ਕੇ ਹੋਏ 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 ਹਲੀਪਾ ਕਰਦੀ ਫਿਰੇਗੀ। ਓ ਮਾਸੜਾ, ਹੁਣ ਮਾਸੀ ਰਵਾਉਣੀ ਐ। ਓ ਤੇਰਾ ਲੈ ਗਿਆ ਗੁੱਸਾ, ਚੱਲ ਹੁਣ ਮੇਰੀ ਵਾਰੀ ਐ, ਲੈ ਫੜ ਓਏ, ਬਥੇਰਾ ਹੋ ਗਿਆ ਜੀ ਵਾਈਫ ਜੀ। ਬੱਲੇ ਬਈ ਬੱਲੇ, ਬਿਹਤਰੀਨ ਹੋ ਗਿਆ ਜੀ ਕੰਮ। ਖੈਰ ਜੀ, ਟ੍ਰੇਲਰ ਤਾਂ ਬਹੁਤ ਵਧੀਆ ਜੀ, ਜੀ ਵਾਈਫ ਜੀ ਦਾ, ਔਰ 24 ਨੂੰ ਆ ਰਹੀ ਹੈ, ਰਿਲੀਜ਼ ਹੋ ਰਹੀ ਹੈ। ਖੈਰ ਜੀ, ਬਾਕੀ ਦੇਖਦੇ ਹਾਂ ਕਿ ਤੁਸੀਂ ਇਹਨੂੰ ਐਜ਼ ਅ ਫਿਲਮ ਇਸ ਤਰ੍ਹਾਂ ਜਨਾਬ ਤੁਹਾਨੂੰ ਦੇਖਦੇ ਹੋ। ਬਾਕੀ ਹੋਰ ਕਿਹੜੀ ਕਿਹੜੀਆਂ ਨਵੀਆਂ ਫਿਲਮ ਆ ਰਹੀਆਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਤੁਸੀਂ। ਔਰ ਬਾਕੀ ਮੁੜ ਕੇ ਨਾ ਹੁਣ ਦੇਰੀ ਨਹੀਂ ਕਰਦੇ, ਅਤੇ ਛੇਤੀ ਛੇਤੀ ਪਾਇਆ ਕਰਾਂਗੇ ਆਪਣਾ ਨਵੇਂ ਨਵੇਂ ਵੀਡੀਓ। ਆਪਣਾ ਖਿਆਲ ਰੱਖੋ ਜੀ, ਅਗਲੀ ਵੀਡੀਓ ਤੋਂ ਪਹਿਲੇ ਅਸੀਂ ਤੁਹਾਡੇ ਨਾਲ ਇੱਕ ਵਾਰੀ ਫਿਰ ਹਾਜ਼ਰ ਹੋਵਾਂਗੇ। ਰੱਬ ਰਾਖਾ ਤਾਂ ਜਗਤ ਜਿਉਂਦਿਆਂ ਦੇ ਮੇਲੇ।